ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂੰਗਾ ਕਿ ਜੇ ਤੁਹਾਡੇ ਹੱਥ ਅਤੇ ਪੈਰ ਸੁੰਨ ਹੁੰਦੇ ਹਨ, ਸੌਂ ਜਾਂਦੇ ਹਨ, ਤਾਂ ਉਹਨਾਂ ਦਾ ਕੀ ਕਾਰਨ ਹੈ ਅਤੇ ਉਸਦੇ ਲਈ ਆਪਾਂ ਨੂੰ ਕੀ ਉਪਚਾਰ ਕਰਨੇ ਚਾਹੀਦੇ ਹਨ। ਅੱਜ ਕੱਲ੍ਹ ਜਿਵੇਂ ਲੋਕਾਂ ਦਾ ਲਾਈਫ ਸਟਾਈਲ ਹੋ ਚੁੱਕਿਆ ਹੈ, ਕਦੋਂ ਕਿਵੇਂ ਕਿਹੜੀ ਬਿਮਾਰੀ ਹੋ ਜਾਵੇ ਇਹ ਕੋਈ ਨਹੀਂ ਦੱਸ ਸਕਦਾ। ਤਾਂ ਦੋਸਤੋ, ਡਾਕਟਰ ਵੀ ਇਹ ਮੰਨਦੇ ਹਨ ਕਿ ਬਿਨਾਂ ਕਿਸੇ ਸੰਕੇਤ ਦੇ ਲੋਕਾਂ ਦੇ ਵਿੱਚ ਗੰਭੀਰ ਬਿਮਾਰੀਆਂ ਪਾਈਆਂ ਜਾ ਰਹੀਆਂ ਹਨ। ਇਹਨਾਂ ਸਾਰੀਆਂ ਹੀ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਚੰਗਾ ਅਤੇ ਸਰਲ ਉਪਾਅ ਇਹ ਹੈ ਕਿ ਆਪਣਾ ਖਾਣਾ ਪੀਣਾ ਹੈਲਦੀ ਰੱਖੋ ਅਤੇ ਰੈਗੂਲਰ ਹੀ ਯੋਗ ਅਤੇ ਐਕਸਰਸਾਈਜ਼ ਕਰਦੇ ਰਹੋ। ਕਈ ਲੋਕਾਂ ਦੇ ਬੈਠੇ ਬੈਠੇ ਹੱਥ ਪੈਰ ਸੁੰਨ ਹੋ ਜਾਂਦੇ ਹਨ, ਯਾਨੀ ਕਿ ਆਪਣੇ ਹੱਥਾਂ ਪੈਰਾਂ ਦੀ ਸੁੰਨ ਹੋਣ ਦੀ ਸਮੱਸਿਆ। ਇੰਨਾ ਹੀ ਨਹੀਂ, ਜਦੋਂ ਹੱਥ ਪੈਰ ਸੁੰਨ ਹੋ ਜਾਂਦੇ ਹਨ ਉਦੋਂ ਹੱਥਾਂ ਪੈਰਾਂ ਦੇ ਵਿੱਚ ਝੰਝਨਾਹਟ, ਜਲਨ, ਤੇਜ਼ ਦਰਦ ਅਤੇ ਨਾਲ ਹੀ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ। ਤਾਂ ਦੋਸਤੋ, ਇਹ ਬਹੁਤ ਹੀ ਆਮ ਸਮੱਸਿਆ ਹੈ ਅਤੇ ਹਰ ਕਿਸੇ ਨੇ ਇਸ ਨੂੰ ਮਹਿਸੂਸ ਵੀ ਕੀਤਾ ਹੋਵੇਗਾ। ਅਕਸਰ ਜਦੋਂ ਆਪਣੇ ਹੱਥਾਂ ਪੈਰਾਂ 'ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਉਸ ਵਕਤ ਆਪਾਂ ਨੂੰ ਆਪਣੇ ਹੱਥਾਂ ਪੈਰਾਂ ਦਾ ਸੁੰਨ ਹੋਣਾ ਮਹਿਸੂਸ ਹੁੰਦਾ ਹੈ। ਤਾਂ ਦੋਸਤੋ, ਜੇ ਕਦੇ ਕਦੇ ਤੁਹਾਡੇ ਨਾਲ ਇਹੋ ਜਿਹਾ ਹੁੰਦਾ ਹੈ ਤਾਂ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਇਹ ਸਾਰਿਆਂ ਦੇ ਨਾਲ ਹੀ ਹੁੰਦਾ ਹੈ। ਜੇ ਤੁਹਾਡੇ ਹੱਥਾਂ ਪੈਰਾਂ ਦਾ ਸੁੰਨ ਹੋਣਾ 1 ਜਾਂ 2 ਮਿੰਟ ਤੋਂ ਜ਼ਿਆਦਾ ਦੇਰ ਤੱਕ ਰਹਿੰਦਾ ਹੈ, ਜੇ ਤੁਹਾਡੇ ਹੱਥ ਪੈਰ 15 ਮਿੰਟ ਜਾਂ ਇਸ ਤੋਂ ਵੀ ਵੱਧ ਚਿਰ ਤੱਕ ਸੁੰਨ ਰਹਿੰਦੇ ਹਨ ਤਾਂ ਦੋਸਤੋ, ਇਹ ਗੰਭੀਰ ਸਮੱਸਿਆ ਹੈ, ਤੁਹਾਨੂੰ ਇਸ ਦਾ ਉਪਚਾਰ ਜ਼ਰੂਰ ਕਰਨਾ ਚਾਹੀਦਾ ਹੈ। ਹੱਥਾਂ ਪੈਰਾਂ ਦੇ ਸੁੰਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਠੰਡੀ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ, ਠੰਡੀ ਚੀਜ਼ਾਂ ਨੂੰ ਜ਼ਿਆਦਾ ਦੇਰ ਤੱਕ ਹੱਥ ਲਾ ਕੇ ਰੱਖਣਾ, ਤੰਤਰਿਕਾ ਚੋਟ, ਬਹੁਤ ਅਧਿਕ ਸ਼ਰਾਬ ਦਾ ਸੇਵਨ ਕਰਨਾ, ਥਕਾਨ, ਸਮੋਕਿੰਗ ਕਰਨਾ, ਡਾਇਬਟੀਜ਼ ਹੋਣਾ ਜਾਂ ਫਿਰ ਵਿਟਾਮਿਨਸ ਜਾਂ ਮੈਗਨੀਜ਼ੀਅਮ ਦੀ ਕਮੀ ਹੋਣਾ। ਇਸ ਦੇ ਇਲਾਵਾ ਇਹ ਗੰਭੀਰ ਅਤੇ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਲੇਕਿਨ ਦੋਸਤੋ, ਜੇ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਤੁਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹੋ। ਦੋਸਤੋ, ਇਸ ਦੇ ਕੁਝ ਘਰੇਲੂ ਉਪਚਾਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਸਭ ਤੋਂ ਪਹਿਲਾਂ ਤਾਂ ਆਪਦੇ ਖਾਣੇ ਪੀਣੇ ਨੂੰ ਹੈਲਦੀ ਰੱਖੋ, ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਅਤੇ ਵੱਧ ਤੋਂ ਵੱਧ ਮੈਗਨੀਜ਼ੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ। ਦੋਸਤੋ, ਹੁਣ ਆਪਾਂ ਜਾਣ ਲੈਂਦੇ ਹਾਂ ਇਸ ਦੇ ਉਪਚਾਰ ਦੇ ਬਾਰੇ ਦੇ ਵਿੱਚ। ਜਦੋਂ ਸਭ ਤੋਂ ਪਹਿਲਾਂ ਹਲਦੀ, ਹਲਦੀ ਦੇ ਵਿੱਚ ਕੁਝ ਇਹੋ ਜਿਹੇ ਤੱਤ ਪਾਏ ਜਾਂਦੇ ਹਨ ਜੋ ਆਪਣੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦੇ ਹਨ, ਨਾਲ ਹੀ ਇਹ ਸੋਜ, ਦਰਦ ਅਤੇ ਪਰੇਸ਼ਾਨੀ ਨੂੰ ਵੀ ਘੱਟ ਕਰਦੀ ਹੈ। 1 ਗਲਾਸ ਦੁੱਧ ਦੇ ਵਿੱਚ 1/2 ਚਮਚ ਹਲਦੀ ਨੂੰ ਮਿਕਸ ਕਰ ਲਵੋ ਅਤੇ ਇਹਨੂੰ ਹੌਲੀ ਅੱਗ ਦੇ ਉੱਤੇ ਚੰਗੀ ਤਰ੍ਹਾਂ ਨਾਲ ਉਬਾਲੋ। ਇਸ ਨੂੰ ਪੀਣ ਦੇ ਨਾਲ ਤੁਹਾਨੂੰ ਬਹੁਤ ਜਲਦੀ ਹੀ ਰਾਹਤ ਮਿਲ ਜਾਵੇਗੀ। ਤੁਸੀਂ ਚਾਹੋ ਤਾਂ ਪਾਣੀ ਦੇ ਵਿੱਚ ਹਲਦੀ ਨੂੰ ਮਿਲਾ ਕੇ ਜਿੱਥੇ ਤੁਹਾਡੇ ਹੱਥ ਪੈਰ ਸੁੰਨ ਹੁੰਦੇ ਹਨ ਉੱਥੇ ਤੁਸੀਂ ਉਸ ਦੇ ਨਾਲ ਮਸਾਜ ਵੀ ਕਰ ਸਕਦੇ ਹੋ। ਤਾਂ ਦੋਸਤੋ, 1 ਗਲਾਸ ਕੋਸੇ ਪਾਣੀ ਦੇ ਵਿੱਚ ਤੁਸੀਂ 1/2 ਚਮਚ ਦਾਲਚੀਨੀ ਨੂੰ ਮਿਲਾ ਕੇ ਨਿਯਮਿਤ ਰੂਪ ਨਾਲ ਸੇਵਨ ਕਰੋ, ਜਾਂ ਫਿਰ ਤੁਸੀਂ 1/2 ਚਮਚ ਦਾਲਚੀਨੀ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਨਿਯਮਿਤ ਰੂਪ ਨਾਲ ਕੁਝ ਹਫ਼ਤੇ ਲੈਣ ਦੇ ਨਾਲ ਤੁਹਾਨੂੰ ਹੱਥਾਂ ਪੈਰਾਂ ਦੀ ਸੁੰਨ ਤੋਂ ਰਾਹਤ ਮਿਲੇਗੀ। ਨਿਯਮਿਤ ਰੂਪ ਨਾਲ ਐਕਸਰਸਾਈਜ਼ ਕਰਕੇ ਹੱਥਾਂ ਪੈਰਾਂ ਨੂੰ ਸੁੰਨ ਹੋਣ ਤੋਂ ਰੋਕਿਆ ਜਾ ਸਕਦਾ ਹੈ। ਐਕਸਰਸਾਈਜ਼ ਕਰਨ ਦੇ ਨਾਲ ਹੋਰ ਵੀ ਕਈ ਸਮੱਸਿਆਵਾਂ ਦੇ ਵਿੱਚ ਆਪਾਂ ਨੂੰ ਲਾਭ ਮਿਲਦਾ ਹੈ। ਜੈਤੂਨ, ਨਾਰੀਅਲ ਜਾਂ ਫਿਰ ਸਰਸੋਂ ਦੇ ਤੇਲ ਦੇ ਨਾਲ ਵੀ ਮਸਾਜ ਕਰਨ ਦੇ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਹਨਾਂ ਚੀਜ਼ਾਂ ਦੇ ਨਾਲ ਮਸਾਜ ਆਪਣੇ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ, ਜਾਂ ਫਿਰ ਤੁਸੀਂ ਆਪਣੇ ਹੱਥਾਂ ਪੈਰਾਂ ਨੂੰ ਸੇਕ ਦੇ ਕੇ ਵੀ ਹੱਥਾਂ ਪੈਰਾਂ ਦੀ ਸੁੰਨ ਤੋਂ ਬਚ ਸਕਦੇ ਹੋ। 1 ਸਾਫ਼ ਕੱਪੜੇ ਨੂੰ ਗਰਮ ਪਾਣੀ ਦੇ ਵਿੱਚ ਭਿਉਂ ਕੇ 5 ਤੋਂ 7 ਮਿੰਟ ਲਈ ਪ੍ਰਭਾਵਿਤ ਜਗ੍ਹਾ ਨੂੰ ਸੇਕੋ। ਇਸ ਦੇ ਨਾਲ ਸੁੰਨਪਣ ਦਾ ਜੋ ਖਤਰਾ ਹੈ ਉਹ ਘੱਟ ਹੁੰਦਾ ਚਲਿਆ ਜਾਵੇਗਾ। ਤਾਂ ਦੋਸਤੋ, ਇਹ ਤਾਂ ਸੀਗੇ ਕੁਛ ਉਪਚਾਰ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਹੱਥਾਂ ਪੈਰਾਂ ਦੇ ਸੁੰਨਪਣ ਤੋਂ ਬਚ ਸਕਦੇ ਹੋ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।